ਵਿੱਚ ਘਰ ਬੈਠੇ ਵਿਦਿਆਰਥੀਆਂ ਦਾ ਹੁਨਰ ਨਿਖਾਰਨ ਲਈ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਵੱਲੋਂ ਪੰਜਾਬ ਦੇ ਸਕੂਲੀ ਬੱਚਿਆਂ ਲਈ ਕੀਤੀ ਗਈ ਐਮਬੈਸਡਰਸ ਆਫ ਹੋਪ ਮੁਹਿੰਮ ਤੋਂ ਮਨੁੱਖੀ ਵਸੀਲੇ ਵਿਕਾਸ ਮੰਤਰਾਲਾ ਵੀ ਪ੍ਰਭਾਵਿਤ ਹੋਇਆ ਹੈ। ਪੰਜਾਬ 'ਚ ਇਸ ਮੁਹਿੰਮ ਨੂੰ ਵਿਦਿਆਰਥੀਆਂ ਦੇ ਮਿਲ ਰਹੇ ਸ਼ਾਨਦਾਰ ਰਿਸਪਾਂਸ ਨੂੰ ਲੈ ਕੇ ਕੇਂਦਰੀ ਮੰਤਰੀ ਡਾਕਟਰ ਰਮੇਸ਼ ਪੋਖਰੀਆਲ ਨਿਸ਼ੰਕ ਨੇ ਐਤਵਾਰ ਨੂੰ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨਾਲ ਗੱਲ ਕਰਕੇ ਉਹਨਾਂ ਦੀ ਇਸ ਪਹਿਲ ਦੀ ਤਾਰੀਫ ਵੀ ਕੀਤੀ। ਸਿੰਗਲਾ ਨੇ ਦੱਸਿਆ ਉਹਨਾਂ ਨੇ ਇਸ ਮੁਹਿੰਮ ਨੂੰ ਦੇਸ਼ ਦੇ ਹੋਰ ਸੂਬਿਆਂ ਸ਼ੁਰੂ ਕਰਨ ਦਾ ਸੁਝਾਅ MHRD ਮੰਤਰੀ ਨੂੰ ਦਿੱਤਾ ਤਾਂ ਕਿ ਦੇਸ਼ ਦੇ ਬੱਚਿਆਂ ਵਿੱਚ ਛੁਪਿਆ ਟੈਲੈਂਟ ਬਾਹਰ ਆ ਸਕੇ। ਜਾਣਕਾਰੀ ਮੁਤਾਬਕ ਸਿੱਖਿਆ ਮੰਤਰੀ ਸਿੰਗਲਾ ਨੇ 6 ਦਿਨ ਪਹਿਲਾਂ ਸੂਬੇ ਦੇ ਸਕੂਲੀ ਵਿਦਿਆਰਥੀਆਂ ਲਈ ਇੱਕ ਆਨਲਾਈਨ ਪ੍ਰਤੀਯੋਗਤਾ ਐਮਬੈਸਡਰਸ ਆਫ ਹੋਪ ਦੀ ਸ਼ੁਰੂਆਤ ਕੀਤੀ ਸੀ। ਇਸ ਵਿੱਚ ਬੱਚਿਆਂ ਨੇ ਫੇਸਬੁੱਕ, ਟਿਕਟੌਕ, ਯੂਟਿਊਬ, ਇੰਸਟਾਗ੍ਰਾਮ, ਟਵਿੱਟਰ, ਸਨੈਪਚੈਟ ਸਮੇਤ ਵੱਖ-ਵੱਖ ਸਮਾਜਿਕ ਮੀਡੀਆ ਪਲੇਟਫਾਰਮ ਜਰੀਏ ਵੀਡੀਓ, ਗਾਣੇ, ਕਵਿਤਾ, ਵਾਦਯ ਸੰਗੀਤ, ਭਾਸ਼ਣ, ਸਕਿੱਟ ਅਤੇ ਕਲਾ ਦੇ ਰੂਪ ਵਿੱਚ ਆਪਣੇ ਵਿਚਾਰ ਅਤੇ ਰਚਨਾਤਮਕ ਵੀਡੀਓ ਬਣਾ ਕੇ ਸਿੱਖਿਆ ਮੰਤਰੀ ਨਾਲ ਐਮਬੈਸਡਰ ਆਫ ਹੋਪ ਹੈਸ਼ਟੈਗ ਦਾ ਉਪਯੋਗ ਕਰਕੇ ਸ਼ੇਅਰ ਕੀਤੇ। ਅਹਿਮ ਪਹਿਲੂ ਤਾਂ ਇਹ ਹੈ ਕਿ ਜ਼ਿਆਦਾਤਰ ਵਿਦਿਆਰਥੀਆਂ ਨੇ ਆਪਣੇ ਟੈਲੈਂਟ ਨੂੰ ਪੇਸ਼ ਕਰਨ ਲਈ ਕੋਰੋਨਾ ਵਾਇਰਸ ਅਤੇ ਲਾਕਡਾਊਨ ਦੇ ਵਿਸ਼ੇ ਨੂੰ ਵੀ ਚੁਣਿਆ ਹੈ। क्योंकि मेरा भारत महान है। जय हिंद एंड थैंक यू।